ਇਹ ਹੰਕਾਰ ਕਰ ਬੈਠੇ ਆ ਸਾਰੇ ਨਾ ਜਿਹੜੇ ਵਿਰੋਧੀ ਧਿਰਾਂ ਵਾਲੇ ਇਹ ਹੰਕਾਰ ਦੀ ਦੁਨੀਆ 'ਚ ਜਿਉਂਦੇ ਹੰਕਾਰ ਵੀ ਸਾਡਾ ਸਾਡੇ ਬਿਨਾਂ ਤਾਂ ਸ਼ਾਇਦ ਚੱਲਣਾ ਹੀ ਨਹੀਂ ਪੰਜਾਬ ਪਹਿਲਾਂ ਪਹਿਲਾਂ ਕੀ ਕਹਿੰਦੇ ਰਹੇ ਲੈ ਬਣਦੀ ਨਹੀਂ ਇਹਨਾਂ ਦੀ ਸਰਕਾਰ ਜਦੋਂ 92 ਆ ਗਈਆਂ 3 ਮਹੀਨੇ ਨਹੀਂ ਚੱਲਣੀ ਜਦੋਂ 3 ਮਹੀਨੇ ਚੱਲ ਪਈ ਬਿਜਲੀ ਨਹੀਂ ਇਹਨਾਂ ਤੋਂ ਫਰੀ ਹੋਣੀ ਬਿਜਲੀ ਫਰੀ ਕਰਤੀ ਸਕੂਲ ਨਹੀਂ ਬਣਾ ਸਕਦੇ ਇਹ ਸਕੂਲ ਵੀ ਬਣਾਤੇ ਮਹੱਲਾ ਕਲੀਨਿਕ ਨਹੀਂ ਖੋਲ੍ਹੇ ਜਾਣੇ ਉਹ ਵੀ ਖੋਲ੍ਹਤੇ ਇਹਨਾਂ ਤੋਂ ਪੈਸੇ ਨਹੀਂ ਦਿੱਤੇ ਜਾਣੇ ਹੜ੍ਹਾਂ ਦੇ ਉਹ ਵੀ ਦੇਤੇ ਬਜਟ ਜਿਹੜਾ ਬਿਜਲੀ ਬੋਰਡ ਤੋਂ ਘਾਟੇ 'ਚ ਆਊ ਉਹ ਵੀ ਬਿਜਲੀ ਬੋਰਡ ਨੂੰ ਵੀ ਸਬਸਿਡੀ ਦੇਤੀ ਸਾਲ ਨਹੀਂ ਕੱਟਦੇ ਸਾਲ ਹੋ ਗਿਆ ਹੁਣ ਕਹਿੰਦੇ ਆ ਠੀਕ ਆ ਪਰ ਗੱਲਬਾਤ ਹੈ ਨਹੀਂ 24 'ਚ ਦੇਖਾਂਗੇ ਮੈਂ ਕਿਹਾ 24 ਜਲੰਧਰ ਵੇਲੇ ਕਹਿੰਦੇ ਰਹੇ ਲੱਖ 'ਤੇ ਜਿੱਤਾਂਗੇ ਸਾਡੀ ਸੀਟ ਹੈ 60,000 'ਤੇ ਹਾਰ ਗਏ ਕੋਈ ਗੱਲ ਨਹੀਂ ਇਹ ਤਾਂ ਬਾਈ ਇਲੈਕਸ਼ਨ ਹੁੰਦੀ ਹੈ ਇਹਦੀ ਖੁਸ਼ੀ ਮਨਾਉਣ ਦੀ ਲੋੜ ਨਹੀਂ ਅੱਛਾ ਅਸੀਂ ਖੁਸ਼ੀ ਵੀ ਨਾ ਮਨਾਈਏ ਜਿੱਤਣ ਦੀ ਆਪ ਗੱਲ ਮਤਲਬ ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ ਕਤੀੜ ਹੈ ਤੇ ਸਾਨੂੰ ਖੁਸ਼ੀ ਵੀ ਨਹੀਂ ਮਨਾਉਣ ਦਿੰਦੇ ਇਹ ਐਂ ਕਰਦੇ ਇਹਨਾਂ ਨੂੰ ਐਂ ਲੱਗਦਾ ਉਹ ਇੱਕ ਮਾਤਾ ਸੀ ਬਜ਼ੁਰਗ ਕਿਸੇ ਪਿੰਡ 'ਚ ਉਹਦੇ ਕੋਲ ਇੱਕ ਮੁਰਗਾ ਸੀ ਮੁਰਗਾ ਸਵੇਰੇ ਵਾਂਗ ਦਿੰਦਾ ਸੀ ਦਿਨ ਚੜ੍ਹ ਜਾਂਦਾ ਸੀ ਉਹ ਮਾਤਾ ਨੂੰ ਕਿਤੇ ਵਹਿਮ ਹੋ ਗਿਆ ਵੀ ਮੇਰਾ ਮੁਰਗਾ ਵਾਂਗ ਦਿੰਦਾ ਦਿਨ ਤਾਂ ਚੜ੍ਹਦਾ ਕਿਤੇ ਕੋਈ ਪਿੰਡ 'ਚ ਮਾਤਾ ਦੀ ਕਿਸੇ ਨਾਲ ਲੜਾਈ ਹੋ ਗਈ ਉਹਨੂੰ ਕਹਿੰਦੀ ਗੱਲ ਸੁਣ ਲੈ ਮੇਰੇ ਨਾਲ ਪੰਗਾ ਨਾ ਲਓ ਪਿੰਡ ਵਾਲਿਓ ਮੈਂ ਤੁਹਾਨੂੰ ਜੇ ਆਪਦੇ ਝੱਟ ਦਿਖਾਤੀ ਨਾ ਤੁਸੀਂ ਫਿਰ ਇੱਕ ਦੂਜੇ ਦੇ ਵਿੱਚ ਵੱਜਦੇ ਫਿਰੋਂਗੇ ਕਹਿੰਦੇ ਕੀ ਕਰ ਲੇਂਗੀ ਤੂੰ ਕਹਿੰਦੀ ਤੁਹਾਨੂੰ ਦੱਸਦੀ ਹਾਂ ਫਿਰ ਅੱਜ ਹੀ ਸ਼ਾਮ ਜੇ ਨੂੰ ਆਪਦਾ ਮੁਰਗਾ ਲੈ ਕੇ ਨਾ 5ਵੇਂ ਪਿੰਡ ਆਪਦੀ ਭੈਣ ਦੇ ਘਰੇ ਚਲੀ ਗਈ ਸਵੇਰੇ 4 ਵਜੇ 4:30 ਵਜੇ ਮੁਰਗੇ ਨੇ ਵਾਂਗ ਦਿੱਤੀ ਦਿਨ ਚੜ੍ਹ ਗਿਆ ਮਾਤਾ ਕਹਿੰਦੀ ਲੈ ਦੇਖ ਲਾ ਮੈਂ ਕਿਹਾ ਸੀ ਨਾ ਇੱਕ ਦੂਜੇ 'ਚ ਵੱਜਦੇ ਫਿਰੋਂਗੇ ਲੈ ਮੈਂ ਤਾਂ ਇੱਥੇ ਦਿਨ ਚੜ੍ਹਾ ਲਿਆ ਹੁਣ ਉੱਥੇ ਨੇਰੇ 'ਚ ਮੱਥਾ ਮਾਰਦੇ ਫਿਰਦੇ ਹੋਣਗੇ ਬੁੜੀ ਨੂੰ ਹੰਕਾਰ ਸੀ ਕਿ ਸ਼ਾਇਦ ਉੱਥੇ ਦਿਨ ਨਹੀਂ ਚੜ੍ਹਿਆ ਹੋਣਾ ਜਿੱਥੇ ਮੇਰਾ ਮੁਰਗਾ ਬੋਲਦਾ ਦਿਨ ਉੱਥੇ ਚੜ੍ਹਦਾ ਇਹਨਾਂ ਨੂੰ ਵੀ ਹੰਕਾਰ ਸੀ ਕਿ ਜਦੋਂ ਅਸੀਂ ਖੜ੍ਹੇ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਹਾਰਦੇ ਨਹੀਂ ਹੁੰਦੇ ਅਸੀਂ ਜਿੱਤਦੇ ਨਹੀਂ ਹੁੰਦੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਧੂਰੀ ਵਾਲੇ ਮੁਰਗੇ ਵੀ ਹੈਗੇ ਆ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਸੰਗਰੂਰ ਵਾਲੇ ਵੀ ਹੈ ਇਹ ਪਤਾ ਨਹੀਂ ਸੀ ਸੋ ਇਹ ਉਸ ਹੰਕਾਰ 'ਚ ਫਿਰਦੇ ਨੇ ਇਹ ਉਸ ਮੁਰਗੇ ਦੇ ਮਾਲਕ ਨੇ ਵਿਰੋਧੀ ਧਿਰ ਵਾਲੇ ਜਿਨ੍ਹਾਂ ਨੂੰ ਇਹ ਲੱਗਦਾ ਸਾਡੇ ਵਾਲਾ ਵਾਂਗ ਦੇਊਗਾ ਤਾਂ ਦਿਨ ਚੜ੍ਹੂਗਾ ਦਿਨ ਤਾਂ ਚੜ੍ਹਨਾ ਹੀ ਚੜ੍ਹਨਾ ਹੈ ਸੂਰਜ ਨੂੰ ਕੋਈ ਰੋਕ ਨਹੀਂ ਸਕਦਾ ਇਨਸਾਫ ਦਾ ਦਿਨ ਨਹੀਂ ਚੜ੍ਹਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਦਿਨ ਨਹੀਂ ਚੜ੍ਹਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਚੜ੍ਹ ਗਿਆ ਸੱਚਾਈ ਦਾ ਸੂਰਜ ਪੰਜਾਬ 'ਚ ਚੜ੍ਹ ਗਿਆ 1.5 ਸਾਲ ਹੋ ਗਿਆ ਹੁਣ ਇਹ ਸੂਰਜ ਦੀ ਚਮਕ ਜਿਹੜੀ ਹੈ ਉਹ ਗਰੀਬਾਂ ਦੇ ਘਰਾਂ ਤੱਕ ਪਹੁੰਚੂਗੀ ਇਹ ਕਮੀਆਂ ਦੇ ਵਿਹੜੇ 'ਚ ਚਮਕੂਗਾ ਇਹ ਸੂਰਜ ਇਹ ਗਰੀਬਾਂ ਦੇ ਵਿਹੜੇ 'ਚ ਚਮਕੂਗਾ ਇਹ ਕਿਸਾਨਾਂ ਦੇ ਵਿਹੜੇ 'ਚ ਰੌਸ਼ਨੀ ਕਰੂਗਾ ਇਹ ਦੁਕਾਨਦਾਰਾਂ ਦੇ ਵਪਾਰੀਆਂ ਦੇ ਇਹ ਬੇਰੁਜ਼ਗਾਰਾਂ ਦੇ ਵਿਹੜਿਆਂ ਵਾਸਤੇ ਸੂਰਜ ਚੜ੍ਹਿਆ ਔਰ ਇਹ ਸੂਰਜ ਨੂੰ ਆਪਾਂ ਹੁਣ ਢਲਣ ਨਹੀਂ ਦੇਣਾ ਇਹ ਸੂਰਜ ਦੀ ਰੌਸ਼ਨੀ ਵੱਧ ਲੈਣ ਦੀ ਹੈ